ਅੱਜ 3 ਜਨਵਰੀ 2024 ਨੂੰ ਸਮੂਹ ਬੱਸ ਆਪਰੇਟਰ, ਟੈਕਸੀ, ਕਾਰ ਆਪਰੇਟਰ, ਕੈਂਟਰ ਆਪਰੇਟਰ, ਟਰੱਕ ਯੂਨੀਅਨਾਂ ਮੌੜ, ਭੀਖੀ, ਬਲਾਡਾ, ਰਾਮਪੁਰਾ ਫੂਲ ਤੇ ਹੋਰ ਜਥੇਬੰਦੀਆਂ, ਛੋਟੇ ਕੈਂਟਰ ਆਲੇ, ਛੋਟੇ ਹਾਥੀਆਂ ਆਲੇ ਅਤੇ ਆਇਲ ਟੈਂਕਰ ਐਸੋਸੀਏਸ਼ਨ ਦੇ ਲੋਕ, ਅਸੀਂ ਸਾਰੇ ਇਕੱਤਰਿਤ ਹੋਏ ਸੀ ਟਰੱਕ ਯੂਨੀਅਨ ਬਠਿੰਡਾ ਵਿਖੇ ਤੇ ਉੱਥੇ ਸਾਰਿਆਂ ਨੇ ਸਮੂਹਿਕ ਫੈਸਲਾ ਲਿੱਤਾ ਕਿ ਜੋ 6 ਤਰੀਕ ਨੂੰ 6 ਜਨਵਰੀ 2024 ਨੂੰ ਜੋ ਪੂਰੀ ਪੰਜਾਬ ਟਰੱਕ ਏਕਤਾ ਦੇ ਬੈਨਰ ਥੱਲੇ ਪੂਰੇ ਪੰਜਾਬ ਦੇ ਜਿੰਨੇ ਵੀ ਕੋਈ ਚਾਲਕ ਨੇ, ਚਾਹੇ ਉਹ ਡਰਾਈਵਰਾਂ ਦੀ ਐਸੋਸੀਏਸ਼ਨ ਹੈ, ਚਾਹੇ ਕੈਂਟਰਾਂ ਦੀ ਆ, ਚਾਹੇ ਟੈਕਸੀਆਂ ਦੀ ਆ, ਚਾਹੇ ਆਇਲ ਟੈਂਕਰਾਂ ਦੀ ਆ, ਚਾਹੇ ਟਰੈਕਟਰ ਟਰਾਲੀਆਂ ਦੀ ਆ, ਸਾਰੇ ਇਕੱਤਰਿਤ ਹੋ ਕੇ ਸਮੂਹਿਕ ਤੌਰ ਤੇ ਚੰਨੋ ਵਿਖੇ ਫੈਸਲਾ ਲੈਣਗੇ 6 ਤਰੀਕ ਨੂੰ ਵੀ ਸਾਡੀ ਕੀ ਰਣਨੀਤੀ ਹੈ। ਇਸ ਵੇਲੇ ਮੈਂ ਪੂਰੇ ਭਾਰਤ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੋ ਕਾਲੇ ਕਾਨੂੰਨ ਹਿੱਟ ਐਂਡ ਰਨ ਦੇ ਵਿੱਚ 10 ਲੱਖ ਰੁਪਇਆ ਜੁਰਮਾਨਾ ਅਤੇ 10 ਸਾਲ ਦੀ ਕੈਦ ਦਾ ਕੇਂਦਰ ਸਰਕਾਰ ਨੇ ਪਾਰਿਤ ਕੀਤੇ ਸੀ, ਉਹਨਾਂ ਦੇ ਵਿਸ਼ੇ ਤੇ ਅਖਬਾਰਾਂ ਦੇ ਵਿੱਚ 3 ਤਰੀਕ ਦੀ ਸਵੇਰ ਨੂੰ ਅਖਬਾਰਾਂ ਦੇ ਵਿੱਚ ਆ ਗਿਆ ਵੀ ਇਹ ਪੋਸਟਪੋਨ ਕਰ ਦਿੱਤੇ ਗਏ ਨੇ, ਇਹ ਸਥਗਿਤ ਕਰ ਦਿੱਤੇ ਗਏ ਨੇ, ਪਰ ਕਲੈਰਿਟੀ ਹਜੇ ਤੱਕ ਕਿਸੇ ਕੋਲੇ ਨਹੀਂ। ਬਠਿੰਡੇ ਦੇ DC ਸਾਹਿਬ ਤੇ SSP ਸਾਹਿਬ ਨਿਰੰਤਰ ਸਾਡੇ ਸੰਪਰਕ ਦੇ ਵਿੱਚ ਸੀਗੇ, ਉਹ ਕਹਿ ਰਹੇ ਸੀਗੇ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਤੁਹਾਡੀਆਂ ਮੰਗਾਂ ਜਾਇਜ਼ ਨੇ, ਤੁਹਾਡੀਆਂ ਮੰਗਾਂ ਉੱਤੇ ਤੱਕ ਪਹੁੰਚਾਈਆਂ ਜਾਣਗੀਆਂ, ਸੁਚਾਰੂ ਰੂਪ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਜਾਰੀ ਰੱਖੋ। ਕੱਲ 2 ਤਰੀਕ ਨੂੰ ਅਸੀਂ ਸਾਰਿਆਂ ਨੂੰ ਇਹ ਆਸਵਾਸ਼ਨ ਦਿੱਤਾ ਸੀ ਪ੍ਰਸ਼ਾਸਨ ਨੂੰ ਕਿ ਐਂਬੂਲੈਂਸ ਅਤੇ ਪੁਲਿਸ ਪਾਰਟੀ ਦੀਆਂ ਗੱਡੀਆਂ ਵਾਸਤੇ ਉਹ ਡੀਜ਼ਲ ਲੈ ਸਕਦੇ ਨੇ ਤੇ ਹੁਣ ਅੱਜ SSP ਬਠਿੰਡਾ ਦੀ ਰਿਕੁਐਸਟ ਤੇ ਅਸੀਂ ਇਹ ਨਿਰਣੇ ਲਿੱਤਾ ਹੈ ਕਿ 7 ਤਰੀਕ ਦੀ ਸਵੇਰ ਤੱਕ ਜੋ ਆਇਲ ਟੈਂਕਰਾਂ ਦੀ ਸਪਲਾਈ ਹੈ ਉਹ ਨਿਰੰਤਰ ਜਾਰੀ ਰਹੂਗੀ, 6 ਤਰੀਕ ਦਾ ਜੋ ਫੈਸਲਾ ਹੋਏਗਾ ਪੂਰੇ ਪੰਜਾਬ ਦਾ ਫੈਸਲਾ ਹੋਏਗਾ ਉਹ ਹੂਬ ਹੂ ਲਾਗੂ ਕੀਤਾ ਜਾਊਗਾ। ਅਸੀਂ ਹੁਣ SSP ਸਾਹਿਬ ਦੇ ਨਾਲ ਮਿਲ ਕੇ ਆਏ ਸੀਗੇ ਤੇ ਮੇਰੇ ਨਾਲ ਮੈਂ ਦਾਸ ਹਰਪ੍ਰੀਤ ਸਿੰਘ ਗਿੱਲ, ਮੇਰੇ ਨਾਲ ਬਠਿੰਡਾ ਟਰੱਕ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਜੀ, ਕੁਲਦੀਪ ਜੀ, ਰਾਮਪੁਰਾ ਫੂਲ ਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਭੂਪ ਸਿੰਘ ਜੀ, ਰਣਵੀਰ ਸਿੰਘ ਜੀ ਬਲਾਟੇ ਤੋਂ ਤੇ ਕਮਲ ਜੀ ਭੀਖੀ ਤੋਂ, ਨਾਲ ਰੇਸ਼ਮ ਸਿੰਘ ਜੀ ਟਰੱਕ ਯੂਨੀਅਨ ਮੌੜ ਦੇ ਪ੍ਰਧਾਨ, ਨਾਲ ਸ਼ਰਮਾ ਜੀ ਆਇਲ ਟੈਂਕਰ ਐਸੋਸੀਏਸ਼ਨ ਦੇ ਪ੍ਰਧਾਨ, ਬਿੱਟੂ ਜੀ ਆਇਲ ਟੈਂਕਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਹੀ ਸਰਦਾਰ ਬਲਤੇਜ ਸਿੰਘ ਜੀ ਵਗੈਰਾ ਸਾਰੇ ਜੋ ਬੱਸਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਨੇ, PRTC ਦੇ ਪ੍ਰਧਾਨ, ਉਹ ਸਾਰੇ ਸ਼ਾਮਲ ਹੋਏ। ਅਸੀਂ ਸਾਰੇ ਲੋਕੀ SSP ਬਠਿੰਡਾ ਨੂੰ ਮਿਲੇ ਤੇ ਉਹਨਾਂ ਦੀ ਰਿਕੁਐਸਟ ਨੂੰ ਅਸੀਂ ਮੰਨ ਲਿਆ। 7 ਤਰੀਕ ਤੱਕ ਨਿਰੰਤਰ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਜਾਰੀ ਰਹੂਗੀ। ਅਸੀਂ ਪੂਰੇ ਆਵਾਮ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਤੁਹਾਡੀ ਲੜਾਈ ਅਸੀਂ ਲੜ ਰਹੇ ਆ। ਹਰੇਕ ਬੰਦਾ ਜਿਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ, ਜੋ ਟਰੱਕ, ਕਾਰ, ਬੱਸ, ਸਕੂਟਰ, ਸਾਈਕਲ ਚਲਾਉਣ ਜਾਣਦਾ ਹੈ ਉਹ ਡਰਾਈਵਰ ਹੈ। ਇਹ ਕਾਲੇ ਕਾਨੂੰਨ ਉਹ ਤੇ ਵੀ ਲਾਗੂ ਹੋਣਗੇ ਤੇ ਇਹ ਕਾਲੇ ਕਾਨੂੰਨ ਵਾਪਸ ਲਿੱਤੇ ਜਾਣ। ਹਿੱਟ ਰਨ ਦੇ ਵਿੱਚ ਜੋ ਡਰਾਈਵਰਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ, ਆਵਾਮ ਕੰਨੀ ਉਹ ਕੁੱਟ ਕੇ ਮਾਰੇ ਜਾਂਦੇ ਨੇ,
ਉਹਨਾਂ ਬੰਦਿਆਂ ਨੂੰ ਉਮਰ ਕੈਦ ਦੀ ਜਾਂ ਫਾਂਸੀ ਦੀ ਸਜ਼ਾ ਹੋਵੇ, ਤੇ ਨਾਲ ਹੀ ਅਸੀਂ ਦੋ ਮੰਗਾਂ ਹੋਰ ਰੱਖੀਆਂ ਸੀਗੀਆਂ ਵੀ 10 ਪੈਸੇ ਸਾਤੋਂ ਲੈ ਲਓ ਡੀਜ਼ਲ ਦੇ ਉੱਤੇ ਸੈਸ ਟੈਕਸ, ਤੇ ਜੇ ਕੋਈ ਡਰਾਈਵਰ ਦੀ ਡਿਸੇਬਿਲਟੀ ਹੁੰਦੀ ਹੈ ਤਾਂ 25% ਡਿਸੇਬਿਲਟੀ ਦੇ 10 ਲੱਖ ਰੁਪਇਆ ਡਰਾਈਵਰ ਨੂੰ ਉਹਦੇ ਘਰੇ 1 ਮਹੀਨੇ ਦੇ ਅੰਦਰ ਅੰਦਰ ਦਿੱਤਾ ਜਾਣਾ ਚਾਹੀਦਾ ਹੈ, ਤੇ 20 ਪੈਸੇ ਸਾਤੋਂ ਲੈ ਲਓ ਕਿਸੇ ਕਾਰ ਬੱਸ ਸਕੂਟਰ ਟਰੱਕ ਦਾ ਕੋਈ ਇੰਸ਼ੋਰੈਂਸ ਨਾ ਹੋਵੇ, ਕੇਵਲ ਉਹ 20 ਪੈਸੇ ਡੀਜ਼ਲ ਪੈਟਰੋਲ ਦੇ ਟੈਕਸ ਤੋਂ ਉਹਦੀ ਆਟੋਮੈਟਿਕ ਇੰਸ਼ੋਰੈਂਸ ਹੋਵੇ, ਤੇ ਆਟੋਮੈਟਿਕ ਹੀ ਪਰਮਿਟ ਜਿਹੜਾ ਬੱਸਾਂ ਤੋਂ ਲਿੱਤਾ ਜਾਂਦਾ, ਟਰੱਕਾਂ ਤੋਂ ਲਿੱਤਾ ਜਾਂਦਾ, ਛੋਟੇ ਹਾਥੀਆਂ ਤੋਂ, ਉਹ ਵੀ ਆਟੋਮੈਟਿਕ ਹੀ ਕੱਟਿਆ ਜਾਵੇ। ਤੇ ਨਾਲ ਹੀ ਸਾਡੀ ਮੰਗ ਇਹ ਹੈ ਵੀ ਜਿਹੜੀਆਂ ਵੀ ਕੋਈ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਜੋ ਜਿੱਥੇ ਐਕਸੀਡੈਂਟ ਹੁੰਦਾ ਉੱਥੇ ਮੌਜੂਦ ਨੇ ਪਰ ਉਹ ਘਾਇਲ ਬੰਦੇ ਨੂੰ ਚੱਕ ਕੇ ਹਸਪਤਾਲ ਨਹੀਂ ਪਹੁੰਚਾਉਂਦੇ ਤਾਂ ਉਹਨਾਂ ਨੂੰ 15 ਸਾਲ ਦੀ ਕੈਦ ਹੋਵੇ। ਇਹ ਮੰਗਾਂ ਅਸੀਂ ਮੰਗਦੇ ਹੋਏ ਤੇ ਇਹਨਾਂ ਤੋਂ ਅਸੀਂ ਜਾਣੂ ਵੀ ਕਰਾਤਾ SSP ਤੇ DC ਬਠਿੰਡਾ ਨੂੰ, ਉਹਨਾਂ ਨੇ ਕਿਹਾ ਅਸੀਂ ਅੱਗੇ ਤੱਕ ਪਹੁੰਚਾ ਦੇਵਾਂਗੇ। ਸੋ ਭਰਾਵੋ ਡਟੇ ਰਹੋ, ਪੂਰੇ ਹਿੰਦੁਸਤਾਨ ਚ ਅੜੇ ਰਹੋ, ਟਰੱਕ ਬੰਦ ਹਨ, ਕੇਵਲ ਟੈਂਕਰ ਹੀ ਚੱਲੇ ਨੇ, ਟੈਕਸੀਆਂ ਵੀ ਬੰਦ ਨੇ, ਸਭ ਕੁਝ ਬੰਦ ਆ। ਜਦੋਂ ਤੱਕ ਕੋਈ ਵੀ ਕੇਂਦਰੀ ਮੰਤਰੀ ਜਾਂ ਗ੍ਰਹਿ ਮੰਤਰੀ ਸਾਹਮਣੇ ਆ ਕੇ ਇਹ ਕਾਨੂੰਨ ਸਾਹਾਂ ਨੂੰ ਲਾਗੂ ਨਹੀਂ ਕੀਤੇ ਜਾਣਗੇ ਤੇ ਵਾਪਸ ਲਿੱਤੇ ਨੇ ਇਹੋ ਜਿਹਾ ਬਿਆਨ ਨਹੀਂ ਦਿੰਦਾ, ਉਦੋਂ ਤੱਕ ਆਪਣੀ ਹੜਤਾਲ ਨਿਰੰਤਰ ਜਾਰੀ ਰਹੂਗੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।